ਸਟੂਡੈਂਟ ਬੇਟਾ ਜੀ ਹੁਣ ਅਸੀਂ ਡਿਸਕਸ ਕਰਾਂਗੇ ਮਾਡਰ ਟੈਸਟ ਪੇਪਰ ਕਿ ਹਾਨੂੰ ਪੋਲੀਟੀਕਲ ਸਾਇੰਸ ਦਾ ਜਿਹੜਾ ਹੈ ਕਿਸ ਤਰੀਕੇ ਦਾ ਪੇਪਰ ਆਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਜਿਸ ਦਾ ਸਭ ਤੋਂ ਪਹਿਲਾ ਹੈਗਾ ਬੇਟਾ ਕਿ ਟਾਈਮ ਤੁਹਾਡਾ ਜਿਹੜਾ 2 ਘੰਟੇ ਦਾ ਹੋਏਗਾ ਤੇ ਕੁੱਲ ਅੰਕ ਤੁਹਾਡੇ ਹਨ 40 ਠੀਕ ਹੈ ਕਿੰਨੇ ਅੰਕਾਂ ਦਾ 40 ਅੰਕਾਂ ਦਾ ਵਾ ਤੇ ਇਹਦੇ ਵਿੱਚ ਹੈਗਾ ਕਹਿੰਦਾ ਕਿ ਇਸ ਆਪਰੇਸ਼ਨ ਦੇ ਚਾਰ ਭਾਗ ਹਨ ਤੇ ਹਰ ਭਾਗ ਦੀਆਂ ਹਦਾਇਤਾਂ ਨਾਲ ਦਿੱਤੀਆਂ ਗਈਆਂ ਹਨ ਮਤਲਬ ਭਾਗ 1 ਭਾਗ 2 ਭਾਗ 3 ਭਾਗ 4 ਨੇ ਤੇ ਹਰ ਵਿੱਚ ਤੁਹਾਨੂੰ ਹਦਾਇਤ ਦਿੱਤੀ ਗਈ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਜਿਸਾਂ ਕਿ ਭਾਗ 1 ਵਿੱਚ ਪਹਿਲੀ ਹਦਾਇਤ ਹੈ ਕਹਿੰਦੇ ਕਿ ਸਾਰੇ ਪ੍ਰਸ਼ਨ ਜ਼ਰੂਰੀ ਹਨ ਤੇ ਹਰ ਪ੍ਰਸ਼ਨ ਦਾ ਉੱਤਰ 2-3 ਵਾਕਾਂ ਵਿੱਚ ਦਿਓ। ਮਤਲਬ ਇਹ ਛੋਟੇ ਕੁਐਸਚਨ ਨੇ। ਇਹ ਹੋਣਗੇ 4 ਨੰਬਰਾਂ ਦੇ। ਸੌਰੀ 4 ਕੁਐਸਚਨ ਨੇ ਤੇ 2 ਨੰਬਰਾਂ ਦੇ ਹੋਣਗੇ। ਮਤਲਬ ਕਿ 1 ਜਿਹੜਾ ਇੱਕ ਪ੍ਰਸ਼ਨ ਆ ਉਹਦੇ 2 ਨੰਬਰ ਹੈ। ਤੁਸੀਂ 4 ਕਰੋਗੇ ਤੇ ਤੁਹਾਡੇ 8 ਨੰਬਰ ਆਣਗੇ ਜਿਸਾ ਕਿ ਕੁਐਸਚਨ ਪਹਿਲਾਂ ਲਿਖਿਆ ਹੈ। ਕਹਿੰਦੇ ਇੱਕ ਦਲੀ ਪਰਨਾਲੀ ਆ ਆਮ ਤੌਰ ਤੇ ਕਿਹੜੇ ਦੇਸ਼ਾਂ ਵਿੱਚ ਲਾਗੂ ਹੁੰਦੀ ਹੈ? ਇਸ ਪ੍ਰਣਾਲੀ ਵਾਲੇ 2 ਦੇਸ਼ਾਂ ਦੇ ਨਾਂ ਦੱਸੋ ਮਤਲਬ ਜੇ ਤੁਹਾਨੂੰ ਦੋ ਦੇਸ਼ਾਂ ਦੇ ਨਾਮ ਦੱਸਿਆ ਪੁੱਛਿਆ ਤੇ ਤੁਸੀਂ ਦੋ ਦੇ ਦੱਸੋਗੇ ਜਿਹਨੇ ਵੀ ਨਾਂ ਜਿਹੜਾ ਪੁੱਛੇ ਹੋਣਗੇ ਉਹਦਾ ਤੁਸੀਂ ਦੱਸੋਗੇ ਪਹਿਲਾਂ ਤੁਸੀਂ ਕਹੋਗੇ ਕਿ ਇਹ ਜਿਹੜੇ ਦੇਸ਼ਾਂ ਵਿੱਚ ਲਾਗੂ ਹੈ ਤੇ ਫਿਰ ਜਿਹੜੇ ਦੋ ਦੇਸ਼ ਹਨ ਉਹਦੇ ਵਿੱਚ ਤੁਸੀਂ ਨਾਂ ਵੀ ਦੱਸ ਦੇਣੇ ਨੇ ਠੀਕ ਹੈ ਕਿ ਮਤਲਬ ਇੱਕ ਦਲੀ ਪ੍ਰਣਾਲੀ ਆਮ ਤੌਰ ਤੇ ਕਿਹੜੇ ਦੇਸ਼ਾਂ ਵਿੱਚ ਲਾਗੂ ਹੁੰਦੀ ਹੈ ਪਹਿਲਾਂ ਉਹ ਦੱਸੋਗੇ ਉਸ ਤੋਂ ਬਾਅਦ ਜਿਹੜੇ ਇਸ ਪ੍ਰਣਾਲੀ ਵਾਲੇ ਦੋ ਦੇਸ਼ਾਂ ਦੇ ਨਾਂ ਵੀ ਦੱਸੋਗੇ ਇਸ ਤੋਂ ਬਾਅਦ ਹੈ ਕਿ ਕ੍ਰਾਂਤੀ ਦੇ ਦਲਾਂ ਦੇ ਹਿੱਤ ਸਮੂਹਾਂ ਵਿੱਚ ਕੋਈ ਦੋ ਅੰਤਰ ਦੱਸੋ ਇਹਨਾਂ ਨੇ ਦੋ ਪਿੱਛੇ ਨੇ ਦੋ ਨੰਬਰ ਦਾ ਕੁਐਸਚਨ ਹੈ ਤਾਂ ਤੁਸੀਂ ਦੋ ਹੀ ਡਿਫਰੈਂਸ ਜਿਹੜੇ ਇਹਦੇ ਵਿੱਚ ਦੱਸਣੇ ਨੇ ਕਹਿਣ ਦਾ ਭਾਵ ਹੈ ਕਿ ਤੁਸੀਂ ਮਤਲਬ ਥੋੜੇ ਲੈਂਥ ਦੋ ਤਿੰਨ ਵਾਕਾਂ ਦੇ ਜ਼ਰੂਰ ਤੁਹਾਡਾ ਆਨਸਰ ਹੋਣਾ ਚਾਹੀਦਾ ਹੈ ਮਤਲਬ ਦੋ ਤਿੰਨ ਵਾਕਾਂ ਦਾ ਤੇ ਹੋਣਾ ਹੀ ਹੋਣਾ ਚਾਹੀਦਾ ਮਤਲਬ ਘਟਣਾ ਨਹੀਂ ਚਾਹੀਦਾ ਇਸ ਤੋਂ ਭਾਵੇਂ ਤੁਹਾਡੇ ਚਾਰ ਜਿਹੜੇ ਜਾਂ ਪੰਜ ਵਾਕ ਹੋ ਜਾਣ ਫਿਰ ਤੁਹਾਨੂੰ ਦੋ ਨੰਬਰ ਮਿਲ ਜਾਣਗੇ ਠੀਕ ਹੈ ਅੱਗੇ ਗਏ ਸੰਯੁਕਤ ਰਾਸ਼ਟਰ ਸੰਗ ਦੀ ਸਥਾਪਨਾ ਕਦੋਂ ਹੋਈ ਤੇ ਭਾਰ ਵਰਤਮਾਨ ਸਮੇਂ ਇਸ ਦੇ ਕਿੰਨੇ ਮੈਂਬਰ ਹਨ ਠੀਕ ਹੈ ਤੇ ਇਹਨਾਂ ਦਾ ਤੁਸੀਂ ਲਿਖੋਗੇ ਤੇ ਇਸ ਤੋਂ ਬਾਅਦ ਹੈ ਸੰਯੁਕਤ ਰਾਸ਼ਟਰ ਸੰਗ ਨੇ ਸਰਵ ਵਿਆਪੀ ਮਨੁੱਖੀ ਅਧਿਕਾਰਾਂ ਦਾ ਐਲਾਨ ਕਦੋਂ ਕੀਤਾ ਤੇ ਮਨੁੱਖੀ ਅਧਿਕਾਰ ਦੀ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਬੇਟਾ ਇੱਕ ਕੁਐਸਚਨ ਵਿੱਚ ਦੋ ਦੋ ਚੀਜ਼ਾਂ ਪੁੱਛੀਆਂ ਤਾਂ ਤੁਸੀਂ ਦੋਨੇ ਚੀਜ਼ਾਂ ਦੱਸੋਗੇ ਤਾਂ ਫੇਰ ਤੁਹਾਨੂੰ ਦੋ ਨੰਬਰ ਮਿਲਣਗੇ ਤੇ ਪਹਿਲੇ ਭਾਗ ਵਿੱਚ ਜਿਹੜਾ ਸਾਡੇ 8 ਨੰਬਰ ਆ ਜਾਣਗੇ ਠੀਕ ਹੈ ਇਸ ਤੋਂ ਬਾਅਦ ਸਾਡਾ ਭਾਗ ਦੂਜਾ ਸ਼ੁਰੂ ਹੋ ਜਾਂਦਾ ਤੇ ਇਹਦੇ ਵਿੱਚ ਹੈ ਕਿ ਕੋਈ ਚਾਰ ਪ੍ਰਸ਼ਨ ਹੱਲ ਕਰਨੇ ਹਨ ਹਰ ਇੱਕ ਦਾ ਉੱਤਰ ਜਿਹੜਾ ਪੰਜ ਤੋਂ ਸੱਤ ਵਾਕਾਂ ਵਿੱਚ ਦਿਓ ਠੀਕ ਹੈ ਹਰ ਇੱਕ ਦਾ ਉੱਤਰ ਕੀ ਕਰਨਾ ਪੰਜ ਤੋਂ ਸੱਤ ਵਾਕਾਂ ਵਿੱਚ ਦੇਣਾ ਹੈ ਤੇ ਇਹ ਚਾਰ ਨੰਬਰ ਦੇ ਕੁਐਸਚਨ ਹੈ ਤੇ ਚਾਰ ਕਰਨੇ ਨੇ ਪਹਿਲਾਂ ਵੇਖ ਲੈਣੇ ਕਿ ਕੁਐਸਚਨ ਟੋਟਲ ਕਿੰਨੇ ਦਿੱਤੇ ਹੋਣਗੇ ਸਾਨੂੰ ਦਿੱਤੇ ਨੇ 5 6 ਮਤਲਬ 6 ਕੁਐਸਚਨ ਦਿੱਤੇ ਨੇ ਤੇ ਅਸੀਂ ਕਿੰਨੇ ਕਰਨੇ 4 ਤੇ ਇਹਦਾ ਮਤਲਬ ਹੈ ਕਿ 5 ਤੇ 7 ਵਾਕਾਂ ਦਾ ਮਤਲਬ ਇਹ ਨਹੀਂ ਕਿ ਸਿਰਫ ਇੰਨਾ ਹੀ ਲਿਖਣਾ ਇਹਦੀ ਥੋੜੀ ਜਿਹੀ ਲੈਂਥ ਜਿਹੜੀ ਵਧਾ ਦਿਓ ਠੀਕ ਹੈ ਥੋੜੀ ਜਿਹੀ ਲੈਂਥ ਵਧਾਉਗੇ ਕਹਿਣ ਦਾ ਮਤਲਬ ਕਿ ਜਿਸਾਂ 4 ਕੁਐਸਚਨ ਕਰਨੇ ਜਿਹੜਾ ਈਜ਼ੀ ਕਿਉਂਕਿ ਪੰਜਾਬ ਬੋਰਡ ਵਿੱਚ ਬੇਟਾ ਲੈਂਥ ਨੂੰ ਬੜਾ ਮਾਇਨੇ ਰੱਖਦੇ ਨੇ ਲੈਂਥ ਜਿਹੜੀ ਕੁਐਸਚਨ ਦੀ ਯਾਨੀ ਕਿ ਤੂੰ ਪੁਆਇੰਟ ਟੂ ਪੁਆਇੰਟ ਨਹੀਂ ਗੱਲ ਕਰਨੀ ਚਲੋ ਜਿਹੜੇ 4 ਤੁਹਾਨੂੰ ਕਾਰਜ ਪੁੱਛਣੇ ਉਹਨਾਂ ਦੇ ਵਿੱਚ ਐਕਸਟਰਾ ਵਿੱਚ ਡਾਲ ਦੇਣਾ ਮਟੀਰੀਅਲ ਡਾਲਣਾ ਐਕਸਟਰਾ ਤਾਂ ਦਾ ਮਤਲਬ ਜੀ ਜਸਾ ਤੁਸੀਂ 1 ਪੁਆਇੰਟ ਡਿਸਕਸ ਕੀਤਾ ਵਾ ਤੇ ਉਹdੀਆਂ ਤੁਸੀਂ ਘੱਟੋ ਘੱਟ ਤੇ ਜੜੀਆਂ ਤੁਹਾਡੀਆਂ 4-5 ਲਾਈਨਾਂ ਹੋਣੀਆਂ ਚਾਹੀਦੀਆਂ ਤੇ ਸਪੀਡ ਆਪਣੀ ਵਧਾਣੀ ਜ਼ਰੂਰ ਹੈ ਕਿਉਂਕਿ ਇਹ ਨਾ ਹੋਵੇ ਕਿ ਹੀ 1 ਪੁਆਇੰਟ ਨੂੰ ਹੀ 4-5 ਲਾਈਨਾਂ ਲਿਖਦੇ ਹੋਏ ਸਾਡਾ ਜਿਹੜਾ ਟਾਈਮ ਜੜ ਬੀਤ ਜਾਵੇ 1 ਪੁਆਇੰਟ ਦਾ ਤੁਸੀਂ ਜਿਸਾ ਆ ਪਹਿਲਾਂ ਰਾਜਨੀਤੀ ਰਾਜਨੀਤਿਕ ਦਲਾ ਦੇ ਕੋਈ 4 ਕਾਜ ਦਾ ਵਰਣਨ ਕਰੋ ਠੀਕ ਹੈ ਇਹਨਾਂ ਨੂੰ ਤੁਸੀਂ ਚਾਰ ਪਹਿਲੇ ਪੁਆਇੰਟ ਦੀਆਂ 4-5 ਲਾਈਨਾਂ ਠੀਕ ਹੈ ਦੂਜੇ ਦੇ ਵੀ ਤੇ ਇਹ ਥੋੜੀ ਜਿਹੀ ਲੈਂਥ ਵੱਧ ਜਾਏਗੀ ਤੇ ਜਿਹੜਾ ਤੁਹਾਨੂੰ ਜ਼ਿਆਦਾ ਆਂਦਾ ਕਿ ਮਤਲਬ ਹਾਂ ਇਹ ਪੁਆਇੰਟ ਵਿੱਚ ਇਹ ਆਣਾ ਚਾਹੀਦਾ ਤਾਂ ਉਹਨੂੰ ਅੰਡਰਲਾਈਨ ਕਰ ਦੇਣਾ ਠੀਕ ਹੈ ਉਹਨੂੰ ਜਰੂਰ ਜਿਹੜੀ ਤੁਹਾਨੂੰ ਖਾਸ ਸ਼ੋਰ ਰੱਖੇ ਤੁਸੀਂ ਆਪ ਪੁਆਇੰਟ ਹੈਗਾ ਹੀ ਹੈਗਾ ਉਹਨੂੰ ਤੁਸੀਂ ਅੰਡਰਲਾਈਨ ਕਰਨਾ ਤਾਂ ਜੋ ਜਿਹੜਾ ਚੈੱਕ ਜਿਸ ਤਰ੍ਹਾਂ ਕਿ ਕੋਈ ਟੀਚਰ ਚੈੱਕ ਕਰਦੀ ਹੈ ਤਾਂ ਉਹਦਾ ਸਿੱਧਾ ਧਿਆਨ ਜਿਹੜਾ ਹੈ ਉਹਨਾਂ ਤੇ ਪਵੇ ਤੇ ਪੁਆਇੰਟ ਜਿਹੜਾ ਤੁਹਾਡੇ ਕਲੀਅਰ ਤੇ ਬਿਨਾ ਮਿਸਟੇਕ ਤੋਂ ਹੋਣੇ ਚਾਹੀਦੇ ਨੇ ਅੱਗੇ ਕਹਿੰਦੇ ਹਿੱਤ ਦੇ ਦੋ ਬਾਸਮੂਹਾਂ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦਾ ਵਰਣਨ ਇਹ ਵੀ ਸੇਮ ਹੀ ਹੈ ਕਿਉਂਕਿ ਇਹ ਜਿਹੜੀਆਂ ਵਿਸ਼ੇਸ਼ਤਾ ਦੱਸਣੀਆਂ ਚਾਰ ਦੱਸਣੀਆਂ ਜਿਨ੍ਹਾਂ ਦੀ ਲੈਂਥ ਥੋੜੀ ਜਿਹੀ ਵਧਾਣੀ ਹੈ ਹਰ ਪੁਆਇੰਟ ਦੀ ਪੰਜ ਛੇ ਲੈਣਾ ਤਾਂ ਹੋਣਾ ਚਾਹੀਦਾ ਚਾਰ ਪੰਜ ਠੀਕ ਹੈ ਇੰਨੀਆਂ ਲੈਣਾ ਹੋਣੇ ਚਾਹੀਦੇ ਹੁਣ ਉਹਨਾਂ ਨੇ ਦੋ ਕੁਐਸਚਨ ਕੀਤੇ ਨੇ ਇੱਕ ਕੁਐਸਚਨ ਵਿੱਚ ਪੁੱਟ ਕਰ ਦਿੱਤੇ ਜਿਸ ਤੱਕ ਦੋ ਦਲੀ ਪ੍ਰਣਾਲੀ ਕੀ ਹੈ ਕੋਈ ਦੋ ਦੇਸ਼ਾਂ ਦੇ ਨਾਮ ਦੱਸੋ ਜਿੱਥੇ ਦੋ ਦਲੀ ਪ੍ਰਣਾਲੀ ਲਾਗੂ ਹੋਈ ਹੈ ਪਹਿਲਾਂ ਦੋ ਦਲੀ ਪ੍ਰਣਾਲੀ ਦਾ ਜ਼ਿਕਰ ਕਰੋਗੇ ਠੀਕ ਹੈ ਤੇ ਇਹਦੇ ਵਿੱਚ ਇਹ ਹੋ ਗਿਆ 2 ਨੰਬਰ ਦਾ ਇਹ ਹੋ ਗਿਆ ਫਿਰ ਕਹਿੰਦਾ ਕਿ ਤੂੰ ਕੋਈ ਦੋ ਦੇਸ਼ਾਂ ਦੇ ਨਾਮ ਦੱਸੋ ਜਿੱਥੇ ਦੋਧਲੀ ਪ੍ਰਣਾਲੀ ਹੈ ਤੇ 2 ਨੰਬਰ ਦਾ ਤੁਹਾਡਾ ਇਹ ਹੋ ਜਾਏਗਾ ਠੀਕ ਹੈ ਇਹਨੂੰ ਅੱਛੇ ਤਰ੍ਹਾਂ ਲਿਖ ਲੈਣਾ ਅੱਗੇ ਕਹਿੰਦਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਤਣਾਅ ਦੇ ਕੋਈ ਚਾਰ ਕਾਰਨਾਂ ਦਾ ਵਰਨਣ ਤੇ ਬੇਟਾ ਇਹ ਜਿਹੜਾ ਅਸੀਂ ਡਿਸਕਸ ਕੀਤਾ ਹੋਇਆ ਇਹ ਜਿੰਨੇ ਵੀ ਇਹਦੇ ਵਿੱਚ ਕੁਐਸਚਨ ਹੈ ਇਹ ਵੀ ਤੁਸੀਂ ਜਾਂ ਮਤਲਬ ਚੰਗੀ ਤਰ੍ਹਾਂ ਯਾਦ ਕਰਕੇ ਆਣਾ ਇਹ ਨਹੀਂ ਕਹਿਣਾ ਕਿ ਮਾਡਲ ਟੈਸਟ ਪੇਪਰ ਹੈ ਜਸਟ ਹਨ ਹੋਇਆ ਕੀਤਾ ਦਾ ਤੁਸੀਂ ਇਹਨਾਂ ਨੂੰ ਕੁਐਸਚਨਾਂ ਨੂੰ ਵੀ ਇਹਦੇ ਯਾਦ ਕਰਕੇ ਜਾਣਾ ਠੀਕ ਹੈ 100 ਬਾਅਦ ਹਟ ਆ ਜਾਂਦਾ ਕਹਿੰਦੇ ਕਿ ਰਾਸ਼ਟਰੀ ਕੀ ਕਰਨ ਦੇ ਰਾਹ ਵਿੱਚ ਆਉਣ ਵਾਲੀਆਂ ਚਾਰ ੁਰਕਾਪਣਾ ਵੇਖੋ ਉਹਨਾਂ ਨੇ ਕਿਹਾ ਦਾ ਚਾਰ ਨੰਬਰਾਂ ਦੇ ਤੇ ਚਾਰ ਸਾਰੀਆਂ ਦੇ ਪੁਆਇੰਟ ਉਹਨਾਂ ਨੇ ਪੁੱਛ ਲੈਨੇ ਚਾਰ ਚਾਰ ਤੁਸੀਂ ਜੇ ਤੁਹਾਨੂੰ ਪੰਜ ਆਂਦੇ ਨੇ ਤਾਂ ਤੁਸੀਂ ਲਿਖ ਸਕਦੇ ਹੋ ਠੀਕ ਹੈ ਕਿਉਂਕਿ ਜੇ ਬਾਈ ਚਾਂਸ ਸਾਡਾ 1.0 ਡਾਊਟਫੁਲ ਹੋਏਗਾ ਤੇ ਕਮ ਸੇ ਕਮ ਤੁਹਾਡੇ ਚਾਰ ਜਿਹੜੇ ਦੂਜੇ ਪੁਆਇੰਟਾਂ ਤੇ ਜਿਹੜੇ ਨੰਬਰ ਨੇ ਉਹ ਮਿਲ ਜਾਣਗੇ ਹੁਣ ਅੱਗੇ ਹੈਗਾ ਕਿ ਪੰਚਸ਼ੀਲ ਕੀ ਹੈ ਇਹ ਪੰਚਸ਼ੀਲ ਵਾਲਾ ਕੁਸ਼ਨ ਮੋਸਟਲੀ ਆ ਜਾਂਦਾ ਇੰਨ ਧਿਆਨ ਨਾਲ ਕਰ ਲੈਣਾ ਤੇ ਇਹਦੇ ਸਿਧਾਂਤ ਦੱਸਨੇ ਨੇ ਠੀਕ ਹੈ ਪੰਚਸ਼ੀਲ ਕੀ ਹੈ ਤੇ ਇਹਦੇ ਸਿਧਾਂਤ ਦੱਸਨੇ ਨੇ ਬਾਕੀ ਹੈਗਾ ਸਾਡਾ ਕਹਿੰਦੇ 3rd ਪਾਰਟ ਵਿੱਚ ਕੀ ਆਏਗਾ ਸਾਨੂੰ ਅਨਸਰ ਇਨ ਪੈਸਿਵ ਆਏਗਾ ਪੈਰਾ ਆਏਗਾ ਕਹਿੰਦੇ ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜੋ ਤੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਪੈਰੇ ਦੇ ਆਧਾਰ ਤੇ ਦੇਨੇ ਆਪਣੇ ਉਲ ਕੁਝ ਨਹੀਂ ਐਡ ਕਰਨਾ ਜਿਸ ਤਰ੍ਹਾਂ ਕਿ ਆਹ ਵੇਖੋ ਸਾਰਾ ਪੈਰਾ ਛੋਟਾ ਜਾਂ ਪੈਰਾ ਵਾ ਦੇਸ਼ ਵਿੱਚ ਮਿੱਤਰਤਾ ਤੇ ਸ਼ਾਂਤੀ ਦੀ ਸਥਾਪਨਾ ਲਈ ਕੋਈ ਖੇਤਰੀ ਤੇ ਅੰਤਰਰਾਸ਼ਟਰੀ ਸੰਗਠਨ ਬਣਾਏ ਜਾਂਦੇ ਹਨ ਠੀਕ ਹੈ ਯੂਨੋ ਇਸੇ ਤਰ੍ਹਾਂ ਦਾ ਅੰਤਰਰਾਸ਼ਟਰੀ ਸੰਗਠਨ ਹੈ ਜਿਸ ਤੇ ਸੰਘਾਣ महासभा ਸਾਰੇ ਸੰਸਾਰ ਦੀ ਵਿਧਾਇਕ ਪਾਲਿਕਾ ਹੈ ਤੇ ਸਾਰੇ ਸੰਸਾਰ ਲਈ ਕਾਨੂੰਨ ਬਣਾਉਂਦੀ ਹੈ ਸੁਰੱਖਿਆ ਪਰਿਸ਼ਦ ਸਲਾਮਤੀ ਕੌਸ਼ਲ ਦਾ ਕੇਸ ਯੂਨੋ ਦੇ ਮੈਂਬਰ ਦੇਸ਼ਾਂ ਦੀ ਸੁਰੱਖਿਆ ਕਰਨਾ ਹੈ ਇਸੇ ਤਰ੍ਹਾਂ ਸ਼ਾਰਕ ਇੱਕ ਖੇਤਰੀ ਸੰਗਠਨ ਹੈ ਜੋ ਦੱਖਣੀ ਏਸ਼ੀਆ ਦੇ ਮੈਂਬਰ ਦੇਸ਼ਾਂ ਜਿਨ੍ਹਾਂ ਦੀ ਗਿਣਤੀ 8 ਹੈ ਵੱਲੋਂ ਬਣਾਇਆ ਗਿਆ ਹੈ ਜਿਸਾ ਕਿ ਭਾਰਤ ਹੈ ਪਾਕਿਸਤਾਨ ਨੇਪਾਲ ਪਟਾਨ ਠੀਕ ਹੈ ਇਹ ਜਿਹੜਾ ਅਫਗਾਨਿਸਤਾਨ ਔਰ ਮਾਲਦੀਵ ਜਿਹੜੇ ਨੇ ਸ਼੍ਰੀਲੰਕਾ ਔਰ ਬੰਗਲਾਦੇਸ਼ ਇਸ ਦੇ ਮੈਂਬਰ ਹਨ ਇਸ ਸੰਗਠਨ ਦਾ ਸਥਾਈ ਸਕਤਰੇਤਾ ਨੇਪਾਲ ਦੀ ਰਾਜਧਾਨੀ ਜਿਹੜਾ ਕਾਟਮੰਡੂ ਵਿਖਿਆ ਹੈ ਕੋਵਿਡ-19 ਨੂੰ ਰੋਕਣ ਲਈ ਵੀ ਇਹਨਾਂ ਦੋਨਾਂ ਜਿਹੜੇ ਸੰਗਠਨਾਂ ਨੇ ਕਈ ਜਿਹੜੇ ਕਦਮ ਚੁੱਕੇ ਨੇ ਠੀਕ ਹੈ ਹੁਣ ਵੇਖੋ ਅਸੀਂ ਪਹਿਰੇ ਧਿਆਨ ਨਾਲ ਪੜ ਲਿਆ ਤੇ ਪੈਰੇ ਦੇ ਅਨੁਸਾਰ ਹੀ ਜਿਹੜਾ ਅਸੀਂ ਅਨਸਰ ਦੇ ਦਾਂਗੇ ਜਿਸਾ ਕਿਹੜੇ ਅੰਤਰਰਾਸ਼ਟਰੀ ਸੰਗਠਨ ਹੈ ਮਿਲਾਨ ਕੋਲ ਦੇ ਮਤਲਬ ਦੱਸੋ ਫਿਰ ਉਹ ਇਹਨੂੰ ਲਿਖਾਂਗੇ ਨਾ ਫਿਰ ហេਟ ਲਿਖਿਆ ਵਿੱਚ ਕੋਣ ਸ਼ਾਰਕ ਦਾ ਮੈਂਬਰ ਨਹੀਂ ਹੈ ਇਹਦੇ ਵਿੱਚ ਆ ਸਾਰੇ ਹੈਗੇ ਨੇ ਠੀਕ ਹੈ ਸ਼ਾਕ ਦਾ ਕਿਹੜਾ ਮੈਂਬਰ ਨਹੀਂ ਹੈ ਕਿ ਕਿ ਇਹਦੇ ਵਿੱਚ ਅਹੀਂ ਵੇਖਿਆ ਕਹਿੰਦੇ ਇਸੇ ਤਰ੍ਹਾਂ ਜਿਹੜਾ ਹੈ ਇਹ ਖੇਤਰੀ ਜਿਹੜਾ ਹੈ ਇਸੇ ਤਰ੍ਹਾਂ ਸ਼ਾਰਕ ਇੱਕ ਖੇਤੀ ਸੰਗਠਨ ਹੈ ਜੋ ਕਿ ਦੱਖਣੀ ਏਸ਼ੀਆ ਦੇ ਮੈਂਬਰ ਵਿੱਚ ਇਹਦੇ ਵਿੱਚ ਲਿਖਿਆ ਭਾਰਤ ਵੀ ਹੈਗਾ ਪਾਕਿਸਤਾਨ ਵੀ ਹੈ ਨੇਪਾਲ ਵੀ ਹੈਗਾ ਪਟਾਨ ਵੀ ਹੈ ਇਹਦੇ ਵਿੱਚ ਹੈਗਾ ਚੀਨ ਨਹੀਂ ਹੈਗਾ ਠੀਕ ਹੈ ਇਹਦੇ ਵਿੱਚ ਕੀ ਹੈ ਚੀਨ ਨਹੀਂ ਹੈਗਾ ਤੇ ਕਿਹੜਾ ਮੈਂਬਰ ਨਹੀਂ ਹੈ ਚੀਨ ਠੀਕ ਹੈ ਇਸ ਤੋਂ ਬਾਅਦ ਇਹਨੂੰ ਫੇਰ ਵੀ ਤੁਸੀਂ ਧਿਆਨ ਨਾਲ ਵੇਖ ਲੈਣਾ ਕਹਿੰਦੇ ਯੂਨੋ ਯੂ ਐਨਓ ਦੀ ਡੈਸ਼ ਨੂੰ ਸੰਸਾਰ ਦੀ ਵਿਵਿਧਾਇਕ ਪਾਲਿਕਾ ਕਿਹਾ ਜਾਂਦਾ ਹੈ ਯੂਨੋ ਨੂੰ ਕੀ ਕਿਹਾ ਜਾਂਦਾ ਇੱਥੇ ਅਹੀਂ ਦੂਜੇ ਨੰਬਰ ਤੇ ਲਿਖਿਆ ਹੈ ਕਹਿੰਦੇ ਮਹਾ ਸਭਾ ਸਾਰੇ ਸੰਸਾਰ ਦੀ ਵਿਵਿਧਾਇਕ ਪਾਲਿਕਾ ਹੈ ਤੇ ਸਾਰੇ ਸੰਸਾਰ ਲਈ ਕਾਨੂੰਨ ਬਣਾਉਣਾ ਸੁਰੱਖਿਆ ਪਰਿਸ਼ਦ ਸਲਾਮਤੀ ਕੌਂਸ਼ਲ ਦਾ ਕੇਸ ਯੂਨੋ ਦੇ ਮੈਂਬਰ ਦੀ ਸੁਰੱਖਿਆ ਹੈ ਤੇ ਇਹਨੂੰ ਕੀ ਕਿਹਾ ਜਾਂਦਾ ਇਹਦੇ ਵਿੱਚ ਅਹੀਂ ਕਰਾਂਗੇ ਆਹ ਵਾਲਾ ਮਹਾ ਸਭਾ ਇਹ ਨਾ ਸਾਰੇ ਮਤਲਬ ਇਹਨੂੰ ਕੀ ਕਹਿਆ ਜਾਂਦਾ ਹੈ ਕਿ ਇਸੇ ਤਰ੍ਹਾਂ ਇਹ ਸੰਗਠਨ ਬਣਾਇਆ ਗਿਆ ਠੀਕ ਹੈ ਇਹਨੂੰ ਵਿਧਾਨਪਾਲਿਕਾ ਕਹਿੰਦੇ ਹਨ ਸੰਸਾਰ ਦੀ ਠੀਕ ਹੈ ਦੇਸ਼ਾਂ ਵੱਲੋਂ ਖੇਤਰੀ ਤੇ ਅੰਤਰਰਾਸ਼ਟਰੀ ਸੰਗਠਨ ਕਿਉਂ ਬਣਾਏ ਜਾਂਦੇ ਹਨ ਦੇਸ਼ ਦੀ ਸੁਰੱਖਿਆ ਲਈ ਮਤਲਬ ਜੁੱਧ-ਜੁੱਧ ਨਾ ਹੋਵੇ ਆਪਸ ਵਿੱਚ ਮਤਲਬ ਜੇਕਰ ਇੱਕ ਦੇਸ਼ ਦੂਜੇ ਦੇਸ਼ ਤੇ ਪਰਮਾਣੂ ਸ਼ਕਤੀਆਂ ਦਾ ਪ੍ਰਯੋਗ ਨਾ ਕਰੇ ਇਹੋ ਜੀ ਜਿਹੇ ਦੇ ਵਿੱਚ ਪਹਿਰੇ ਚ ਗੱਲ ਕੀਤੀ ਹੈ ਤੁਸੀਂ ਇਹਦਾ ਅਨਸਰਿਆ ਦੇ ਸੋਦੇ ਹੋ ਨੈਕਸਟ ਹੈ ਕਹਿੰਦੇ ਬੇਟਾ ਇਹਦੇ ਵਿੱਚ ਜਿਹੜੇ ਵੀ ਕੁਐਸਚਨ ਹੈਗੇ ਨਾ ਤੁਸੀਂ ਫੇਰ ਵੀ ਧਿਆਨ ਨਾਲ ਪੜੋ ਠੀਕ ਹੈ ਫੇਰ ਇਹਦਾ ਅਨਸਰ ਦੇਣਾ ਨੈਕਸਟ ਹੈ ਕਹਿੰਦੇ ਨੇ ਕਿ 4 ਨੰਬਰ ਤੇ ਆਏਗਾ ਸਾਡਾ ਕਹਿੰਦੇ 6 ਨੰਬਰਾਂ ਦੇ ਕੁਐਸਚਨ ਹੈ ਤੇ ਦੋ ਕਰਨੇ ਨੇ ਕਹਿਣ ਦਾ ਭਾਵ ਹੈ ਕਹਿੰਦੇ ਅੰਦਰੂਨੀ ਵਿਕਲਪ ਵਿੱਚ ਇੱਕ-ਇੱਕ ਪ੍ਰਸ਼ਨ ਕਰੋ ਅਤੇ 10 15 ਵਾਕਾਂ ਵਿੱਚ ਦਿਓ ਦਾ ਉੱਤਰ ਤੇ ਹੁਣ ਵੇਖੋ ਜਿਸਾਂ ਪਹਿਲਾ 12 ਹੈ ਠੀਕ ਹੈ 12 ਨੰਬਰ ਤੇ ਦੋ ਕੁਐਸਚਨ ਹੈ ਇਹਨਾਂ ਨੂੰ ਇਹਨਾਂ ਵਿੱਚ ਤੁਸੀਂ ਇੱਕ ਕਰ ਲੈ ਠੀਕ ਹੈ ਇਸ ਤੋਂ ਬਾਅਦ ਹਰ 13 ਨੰਬਰ ਤੇ ਦੋ ਕਵਿਸ਼ਣ ਇਹ ਨਹੀਂ ਕਰਨਾ ਕਿ ਤੁਸੀਂ 12 ਤੁਹਾਨੂੰ ਰੱਟੇ ਨੇ ਜਾਂ 12 ਤੁਹਾਨੂੰ ਚੰਗੀ ਤਰ੍ਹਾਂ ਆਂਦੇ ਤੇ ਤੁਸੀਂ ਦੋਨਾਂ ਦੇ 12 ਕਰ ਲਓ ਇਹ ਸਾਂ ਨਹੀਂ ਕਰਨਾ ਤੁਸੀਂ ਇੱਕ 12 ਦਾ ਲਓਗੇ ਤੇ ਇੱਕ 13 ਦਾ ਲਓਗੇ ਠੀਕ ਹੈ ਇੰਨਾ ਦੇ ਵਿੱਚ ਇਹ ਤੁਹਾਡੇ ਹੋਣਗੇ 6 ਨੰਬਰਾਂ ਦੇ ਦੋ ਕਰੋਗੇ ਤਾਂ ਤੁਹਾਡੇ 12 ਨੰਬਰ ਆ ਜਾਣਗੇ ਠੀਕ ਹੈ ਬੇਟਾ ਜੀ ਇਸ ਕਰਕੇ ਜਿਹੜਾ ਇਹਨੂੰ ਮੋਡਲ ਟੈਸਟ ਪੇਪਰ ਨੂੰ ਧਿਆਨ ਨਾਲ ਵੇਖ ਲੋ ਤਾਂ ਜੋ ਤੁਹਾਡਾ ਸਮਾਂ ਬਚ ਜਾਵੇ ਜਦੋਂ ਤੁਹਾਨੂੰ ਪੇਪਰ ਮਿਲੇ ਤਾਂ ਤੁਸੀਂ ਜਲਦੀ ਨਾਲ ਤੁਹਾਨੂੰ ਪਹਿਲਾਂ ਹੀ ਹਦਾਇਤਾਂ ਪਤਾ ਹੋ ਪਤਾ ਹੋਏਗਾ ਤੇ ਤੁਸੀਂ ਈਜ਼ੀਲੀ ਕਰ ਸਕਦੇ ਹੋ ਠੀਕ ਹੈ ਤੇ ਬੇਟਾ ਨੈਕਸਟ ਵੀਡੀਓ 'ਚ ਮਿਲਦੇ ਹਾਂ ਤੇ ਮੈਨੂੰ ਪੂਰੀ ਉਮੀਦ ਹੈ ਕਿ ਚਲੋ ਤੁਹਾਡਾ ਪੇਪਰ ਬਹੁਤ ਵਧੀਆ ਹੋਏਗਾ ਅੱਛੀ ਤਰ੍ਹਾਂ ਕਰਨਾ ਤੇ ਇਹ ਮੇਰੇ ਕੋ ਪੇਪ ਵੈਸੇ ਤੇ ਮੇਰੇ ਕੋ ਪੇਪਰ ਅਵੇਲੇਬਲ ਨਹੀਂ ਹੈ ਪੋਲੀਟੀਕਲ ਸਾਇੰਸ ਦਾ ਕਿ ਮੇਰਾ ਜਿਹੜਾ ਸਬਜੈਕਟ ਨਹੀਂ ਹੈਗਾ ਬਸ ਤੁਹਾਨੂੰ ਥੋੜਾ ਮਟੀਰੀਅਲ ਜਰੂਰ ਮੈਂ ਪਹੁੰਚਾਇਆ ਤੇ ਜੇ ਕੋਈ ਮੈਨੂੰ ਕੋ ਮਿਲ ਜੇਗਾ ਨਾ ਤੇ ਫਿਰ ਮੈਂ ਤੁਹਾਡਾ ਜਿਹੜਾ ਸੋਲਵ ਕਰ ਦਾਂਗੇ ਠੀਕ ਹੈ